ਦਾਦਾ ਤੇ ਉਹ ਸੱਜਣ ਮੇਰਾ ਸਤਿਕਾਰ ਆਪਣਾ ਸਤਿਕਾਰ ਕਰਕੇ ਗਿਆ ਮੇਰਾ ਕੀ ਆਪਣੇ ਬੱਚੇ ਦਾ ਸਤਿਕਾਰ ਕਰਕੇ ਗਿਆ ਉਹਨਾਂ ਦਾ ਮੈਂ ਬਹੁਤ ਬਹੁਤ ਮਾਣ ਕਰਦਾ ਮਨ ਬਹੁਤ ਮਿਹਰਬਾਨੀ ਇਸ ਗੱਲ ਤੇ ਕਿ ਜੂ ਤਾੜੀ ਮਾਰਦੇ ਬਹੁਤ ਮਿਹਰਬਾਨੀ ਥੈਂਕ ਯੂ ਬਹੁਤ ਮਿਹਰਬਾਨੀ ਤੋਂ ਪੇਸ਼ ਕੇ ਰਗਾ ਜਿਵੇਂ ਆਤਮਾ ਨੇ ਮੈਨੂੰ ਪਰਖਿਆ ਕਈ ਵਾਰੀ ਬੱਤੀ ਵਧਾਈ ਅਗਲੇ ਦੇ ਕੰਮ ਤੇ ਰੱਖ ਦੇਣੀ ਆ ਅਗਲੇ ਦੀ ਧੋਤੀ ਪੱਕ ਪੈਣੀ ਤੋਂ ਲਾ ਕੇ ਲੈ ਜਾਣੀ ਆ ਬਈ ਆਪਾਂ ਪੱਗ ਵਿੱਚ ਬਾਈ ਤੋ ਗੱਲ ਕਹਿ ਰਿਹਾ ਧਿਆਨ ਦੇ ਆਪਣੇ ਇਲਾਕੇ ਤਾਂ ਪਤਾ ਕਈ ਲਈ ਮੈਨੂੰ ਸਮਝਾਉਣਾ ਪੈਂਦਾ ਦੂਸਰੇ ਇਲਾਕਿਆਂ ਚ ਬਈ ਇੱਕ ਪਿੰਡ ਚ ਦੋ ਥਾਂ ਵੀ ਰਹਿ ਸਕਦੇ ਲੜਾਈ ਹੁੰਦੀ ਹੁੰਦੀ ਹੈ ਜੇ ਕਿਤੇ ਸਾਨਾ ਦੇ ਸਿੰਘ ਫਰ ਜਾਣ ਮੇਰੇ ਵਰਗਾ ਮਾੜਾ ਬੰਦਾ ਦੂਰੋਂ ਜਲੇ ਮਾਰੀ ਜਾਂਦਾ ਹੱਜੋ ਹੱਜੋ ਕੋਈ ਟੱਕਰਾ ਬੰਦਾ ਜਾ ਕੇ ਸਾਨਾ ਦੇ ਸਿੰਘ ਚ ਹੱਥ ਪਾ ਕੇ ਪਾਸੇ ਕਰਦਾ ਸਿੰਘ ਪਾਸੇ ਕਰ ਦਿੰਦਾ ਤੋ ਗੱਲ ਕਹਿੰਦਾ ਕਿ ਖਾਨ ਇਹ ਖਾਨ ਭਵੇਂ ਸਿਆਸੀ ਹੋ ਖਾਨ ਭਵੇਂ ਸਿਆਸੀ ਹੋ ਚਾਹੇ ਹੋ ਬਦਮਾਸ਼ੀ ਹੋ ਚਾਹੇ ਪਰਖ ਨਹੀਂ ਸਿਰ ਦੇ ਕਿ ਜੋ ਹੈ ਪੈਂਦੇ ਨੇ ਪਰਖਾ ਜਾਇਆ ਓ ਤੇਰੀ ਯਾਰੀ ਨੂੰ
ਯਾਰ ਬਣਾਉਣੋ ਡੱਗਾ ਹੈ ਝੂਠੇ ਯਾਰਾਂ ਦੀ ਯਾਰੀ ਤੋਂ ਉਹ ਤੋਬਾ ਤੋਬਾ ਕਰਦਾ ਹੈ ਝੂਠੇ ਯਾਰਾਂ ਦੀ ਯਾਰੀ ਤੋਂ ਉਹ ਤੋਬਾ ਤੋਬਾ ਕਰਦਾ ਹੈ ਰਾਹਾਂ ਵਿੱਚ ਕੱਟੀ ਫਿਰਦਾ ਨੇ ਕਈ ਪਾਪਾਂ ਦੀ ਪੰਡ ਭਾਰੀ ਨੂੰ ਜੇ ਲੋੜ ਪਈ ਤਾਂ ਕਿਰਿਆ ਅੱਜ ਪੜ ਕੇ ਜੁੱਤੇ ਦੀ ਰਾਣੀ ਦਿਲਾਂ
Thank you.
ترجمة
ਨਹੀਂ ਦੱਸਿਆ ਭਾਈ ਜੀ ਨੇ ਮੈਂ ਭਾਈ ਜੀ ਦਾ ਬਹੁਤ ਬਹੁਤ ਮਾਰ ਕਰਦਾ 50 ਰੁਪਏ ਸਰਪੰਚ ਸਾਹਿਬ ਜੀ ਦੇ ਕਾਕਾ ਜੀ ਨਾ ਨਹੀਂ ਦੱਸਿਆ ਇਹਨਾਂ ਦੀ ਫਰਮਾਇਸ਼ ਹੈ ਇਸੇ ਕੀਤੀ ਬਹੁਤ ਮਿਹਰਬਾਨੀ ਇਹ ਜੀਆਂ ਫਰਮਾਇਸ਼ਾਂ ਕੋਈ ਸੱਜਣ ਹੋ ਜਾ ਪੇਸ਼ ਕਰਦਾ ਹੈ ਕੋਈ ਕਹਿੰਦਾ ਵੀ ਇਹਦਾ ਕੀ ਸੁਣਾਓ ਜਿਹਨੂੰ ਆਪਣੇ ਪਰਿਵਾਰ ਨਾਲ ਜਿਹਨੂੰ ਆਪਣੇ ਰਿਸ਼ਤੇਦਾਰਾਂ ਨਾਲ ਲਗਾ ਹੋਵੇ ਤੇ ਨਹੀਂ ਤਾਂ ਸਾਨੂੰ ਆਈ ਆ ਕੇ ਕਹਿੰਦਾ ਉਹ ਸੁਣਾ ਦੇ ਬਾਈ ਤੂੰ ਏਡਾ ਦੀ ਨਾਂਦੀ ਸੀ ਨੰਗੀ ਤੇਰੀ ਕੁੱਟ ਜੀ ਨੰਗੀ ਸੀ ਮੈਂ ਤੇਰੇ ਮਗਰ ਲੱਗ ਗਿਆ ਤੇਰੇ ਵੀਰ ਨੇ ਮੇਰੇ ਮਾਰਿਆ ਕਿ ਨਾਸਾ ਤੂੰ ਕੰਜ ਦੀ ਪਾਣੀ ਨਹੀਂ ਪੁੱਛਿਆ ਤੂੰ ਗੱਲ ਕਰ ਗੱਲ ਉਠਾਉਂਦਾ 1 2
ਕੀ ਕੇ ਜਾ ਕੇ ਥੂ ਪੀ ਕੇ ਗੱਲ ਕਰਦਾ ਵੀ ਨਿੰਦਤਾ ਤੂੰ ਜਿਹੜੇ ਬਠਿੰਡੇ ਦਾ ਮਾਲਕ ਹੈ ਕੋਈ ਵੀ ਹੋਵੇ ਤੋ ਗੱਲ ਕਰ ਲੈ ਪਰ ਕੇ ਵੀ ਕਮਾਈ